ਸੋ ਜਨਾਬ, ਗੱਲ ਕਰਨ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਮੰਤਰੀ ਫੇਰਬਦਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਇੱਕ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਉਂ ਆਮ ਆਦਮੀ ਪਾਰਟੀ ਦਾ ਇਸ ਵਾਰ 13-0 ਦਾ ਮਿਸ਼ਨ ਫੇਲ ਹੋ ਗਿਆ ਹੈ ਅਤੇ ਦੂਸਰੇ ਪਾਸੇ ਕਿਹੜੇ ਕਿਹੜੇ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਹੋ ਸਕਦੇ ਹੈ। ਸਭ ਤੋਂ ਪਹਿਲਾਂ ਇਸ ਵਾਰ ਜੋ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਮਹਾਂ ਸਕੱਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਵੀ ਪਹੁੰਚਦੇ ਨੇ ਅਤੇ ਉਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਇਕਾਂ ਨੂੰ ਬੁਲਾਇਆ ਜਾਂਦਾ ਹੈ ਮੋਹਾਲੀ ਦੇ ਵਿੱਚ ਅਤੇ ਇਹ ਚਿੰਤਨ ਕੀਤਾ ਜਾਂਦਾ ਹੈ, ਸਮੀਖਿਆ ਕੀਤੀ ਜਾਂਦੀ ਹੈ ਕਿ ਕਿਵੇਂ ਇੰਨਾ ਵੋਟ ਸ਼ੇਅਰ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਵਧਿਆ ਹੋਇਆ ਸੀ ਉਹ ਘੱਟ ਗਿਆ ਹੈ। 13-0 ਦੇ ਮਿਸ਼ਨ ਦੇ ਵਿੱਚ ਕਿਉਂ ਮਹਿਜ਼ 3 ਉਮੀਦਵਾਰ ਹੀ ਆਪਣੀ ਸੀਟ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਨੇ ਅਤੇ ਬਾਕੀ ਜਿਹੜੇ 4 ਮੰਤਰੀਆਂ ਦੀ ਗੱਲ ਕੀਤੀ ਜਾਵੇ ਅਤੇ ਬਾਕੀ 3 ਵਿਧਾਇਕਾਂ ਦੀ ਗੱਲ ਕੀਤੀ ਜਾਵੇ ਕਿਉਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਵੀ ਹੋ ਸਕਦਾ ਹੈ ਕਿ ਅੱਜ ਭਲਕੇ ਦਿੱਲੀ ਭਗਵੰਤ ਸਿੰਘ ਮਾਨ ਪਹੁੰਚ ਸਕਦੇ ਨੇ ਅਤੇ ਇਹਨਾਂ ਚਰਚਾਵਾਂ ਦੇ ਵਿੱਚ ਗੱਲ ਕਰ ਸਕਦੇ ਹੈ ਕਿ ਫੇਰਬਦਲ ਦੇ ਵਿੱਚ ਕਿਹੜੇ ਚਿਹਰਿਆਂ ਨੂੰ ਹੁਣ ਹਟਾਇਆ ਜਾ ਸਕਦਾ ਹੈ ਜਾਂ ਜਿਨ੍ਹਾਂ ਦੀ ਸ਼ਕਤੀ ਘੱਟ ਕੀਤੀ ਜਾ ਸਕਦੀ ਹੈ। ਜੇਕਰ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਵਿੱਚ ਜਿਹੜੇ ਚਿਹਰੇ ਦੇਖਣ ਨੂੰ ਮਿਲੇ ਉਹਨਾਂ ਦੇ ਵਿੱਚ ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ ਲਾਡੀ, ਹਰਮੀਤ ਸਿੰਘ ਪਠਾਨ ਮਾਜਰਾ, ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਭੋਲਾ ਗਰੇਵਾਲ, ਵਰਿੰਦਰ ਗੋਇਲ ਅਤੇ ਨਾਲ ਦੀ ਨਾਲ ਇਹਨਾਂ ਚਿਹਰਿਆਂ ਦੇ ਵਿੱਚ ਅਜੇ ਗੁਪਤਾ ਵੀ ਦੇਖਣ ਨੂੰ ਮਿਲੇ। ਜੇਕਰ ਅਜੇ ਗੁਪਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਉਹੀ ਸ਼ਖਸ ਨੇ ਅੰਮ੍ਰਿਤਸਰ ਸੈਂਟਰਲ ਤੋਂ ਵਿਧਾਇਕ ਜਿਨ੍ਹਾਂ ਨੇ ਬੀਤੇ ਦਿਨਾਂ ਦੇ ਵਿੱਚ ਹੀ ਆਪਣੀ ਪਾਰਟੀ 'ਤੇ ਹੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਵਾਲ ਚੁੱਕੇ ਸਨ, ਪਰ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਗੱਲ ਨੂੰ ਯੂ ਟਰਨ ਜਾਂ ਗੋਲ ਮੋਲ ਕਰ ਦਿੱਤਾ ਗਿਆ ਸੀ। ਜੇਕਰ ਹੁਣ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 3 ਸੀਟਾਂ ਹੀ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਆਉਂਦੀਆਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਸੰਗਰੂਰ ਸੀਟ ਮੀਤਹੇੜ ਸਾਹਿਬ ਦੇ ਵੱਲੋਂ ਫਤਿਹ ਕਰ ਲਈ ਗਈ ਹੈ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਸਪੋਕਸਪਰਸਨ ਆਪ ਦੇ ਮਲਵਿੰਦਰ ਸਿੰਘ ਕੰਗ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਬਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਅਤੇ ਤੀਸਰੇ ਨੰਬਰ 'ਤੇ ਕਾਂਗਰਸ ਤੋਂ ਆਏ ਡਾਕਟਰ ਰਾਜਕੁਮਾਰ ਚੱਬੇਵਾਲ ਹੁਸ਼ਿਆਰਪੁਰ ਸੀਟ ਤੋਂ ਆਪਣੀ ਜਿਹੜੀ ਆਪ ਦੀ ਸ਼ਾਖ ਆ ਬਚਾਉਣ ਦੇ ਵਿੱਚ ਕਾਮਯਾਬ ਹੁੰਦੇ ਹੈ, ਪਰ ਬਾਕੀ 10 ਸੀਟਾਂ 'ਤੇ ਕੀ ਹਾਲਾਤ ਬਣੇ ਹੈ ਇਸ 'ਤੇ ਸਮੀਖਿਆ ਕੀਤੀ ਗਈ ਹੈ। ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਵੱਡੇ ਚਿਹਰਿਆਂ 'ਤੇ ਦਾਅ ਖੇਡੇ ਗਏ ਸਨ ਉਹਨਾਂ ਚਿਹਰਿਆਂ ਦਾ ਕੀ ਕੀਤਾ ਜਾਵੇਗਾ। ਜੇਕਰ ਗੱਲ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਧਾਲੀਵਾਲ, ਡਾਕਟਰ ਬਲਵੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਇਹਨਾਂ ਚਿਹਰੇ ਜਿਹੜੇ ਕਿ ਵੱਡੇ ਰੈਂਕ ਦੇ ਵਿੱਚ ਸਨ, ਪੂਰੀ ਸ਼ਕਤੀ ਦੇ ਵਿੱਚ ਸਨ, ਇਹਨਾਂ ਨੂੰ ਕਿਉਂ ਘੱਟ ਵੋਟ ਬੈਂਕ ਮਿਲੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਇਸ ਵਾਰ ਫਤਵਾ ਨਾ ਤਾਂ ਸੈਂਟਰ ਸਰਕਾਰ ਦੇ ਹੱਕ ਦੇ ਵਿੱਚ ਪਾਇਆ ਅਤੇ ਨਾ ਹੀ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਪਾਇਆ। ਲੋਕ ਹਾਲੇ ਵੀ ਇੱਕ ਜਿਹੜਾ ਕਹਿੰਦੇ ਆ ਕਿ ਬਦਲਾਅ ਦੀ ਸਰਕਾਰ ਆਈ ਸੀ ਉਹ ਬਦਲਾਅ ਨੂੰ ਵੇਟ ਕਰਦੇ ਪਏ ਆ, ਕਿਉਂਕਿ ਪੰਜਾਬ ਦੇ ਵਿੱਚ ਨਸ਼ੇ ਦੇ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਰੋਜ਼ਗਾਰ ਦਾ ਮੁੱਦਾ ਹਾਲੇ ਵੀ ਪੂਰੇ ਚਰਨ ਸੀਮਾ 'ਤੇ ਘਟਿਆ ਹੋਇਆ ਹੈ ਜਾਂ ਇੰਝ ਆਖ ਲਵੋ ਕਿ ਬਹੁਤ ਵਧਿਆ ਹੋਇਆ ਹੈ। ਲੋਕ ਉਡੀਕ ਕਰਦੇ ਪਏ ਆ ਕਿ ਸਾਡੇ ਮੁੱਦਿਆਂ ਨੂੰ ਕਦੋਂ ਸਰਕਾਰ ਧਿਆਨ ਦੇਵੇਗੀ। ਜੇ ਇਸ ਦਾ ਸਭ ਤੋਂ ਵੱਡਾ ਐਗਜ਼ਾਮਪਲ ਦੇਖਣ ਨੂੰ ਮਿਲਿਆ ਖੰਡੂਰ ਸਾਹਿਬ ਸੀਟ ਤੋਂ, ਜਿੱਥੇ ਬਦਲਾਅ ਬਹੁਤ ਡਿਫਰੈਂਟ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ, ਜਾਂ ਫਿਰ ਫਰੀਦਕੋਟ ਸੀਟ ਤੋਂ ਜਿੱਥੋਂ ਸਰਬਜੀਤ ਸਿੰਘ ਖਾਲਸਾ ਜਿੱਤੇ ਨੇ। ਇਹਨਾਂ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮੀਤਹੇੜ ਦੀ ਸੀਟ ਖਾਲੀ ਹੋ ਗਈ ਹੈ। ਇਸ ਸਭ ਦੇ ਵਿੱਚ ਜਿਹੜੇ ਦਿੱਗਜ ਚਿਹਰਿਆਂ 'ਤੇ ਦਾਅ ਖੇਡਿਆ ਗਿਆ ਸੀ, ਜਿਸ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਧਾਲੀਵਾਲ ਸਾਹਿਬ, ਖੁੱਡੀਆਂ ਸਾਹਿਬ ਜਾਂ ਫਿਰ ਡਾਕਟਰ ਬਲਵੀਰ ਸਿੰਘ ਦੀ ਗੱਲ ਕੀਤੀ ਹੈ, ਇਹਨਾਂ ਚਿਹਰਿਆਂ ਦਾ ਕੀ ਹੋਵੇਗਾ ਇਸ 'ਤੇ ਚਰਚਾ
ਕਰਦੇ ਪਏ ਆ। ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ 2022 ਦੇ ਵਿੱਚ 117 ਦੇ ਵਿੱਚੋਂ 92 ਸੀਟਾਂ ਤੇ ਲੋਕਾਂ ਦੇ ਵੱਲੋਂ ਸਿਰਫ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ ਜਾਂਦੀਆਂ ਨੇ। ਆਮ ਆਦਮੀ ਪਾਰਟੀ ਦੀ ਹਨੇਰੀ ਚੁਲਦੀ ਹੈ ਤੇ ਜੇਕਰ ਵੋਟ ਸ਼ੇਅਰ 2020 ਦੀ 2022 ਦੀ ਗੱਲ ਕੀਤੀ ਜਾਵੇ ਤਾਂ ਉਸ ਵੇਲੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ 46% ਤੱਕ ਵੱਧ ਗਿਆ ਸੀ। ਪਰ ਹੁੰਦਾ ਕੀ ਹੈ, ਲੋਕ 2 ਤੋਂ 2.5 ਸਾਲ ਦੇ ਵਿੱਚ ਕੀ ਬਦਲਾਅ ਦੇਖਦੇ ਨੇ, ਕੀ ਨਸ਼ੇ ਦਾ ਸਭ ਤੋਂ ਗੰਦਾ ਜਿਹੜਾ ਮੁੱਦਾ, ਗਹਿਰਾ ਮੁੱਦਾ, ਕੀ ਉਹ ਸੋਲਵ ਹੋ ਸਕਿਆ, ਕੀ ਰੁਜ਼ਗਾਰ ਦਾ ਮੁੱਦਾ ਸੋਲਵ ਹੋ ਸਕਿਆ, ਕੀ ਜਿਹੜੇ ਜਹਾਜ਼ਾਂ ਦੇ ਜਹਾਜ਼ ਭਰ ਕੇ ਬਾਹਰ ਦੇ ਵਿਦੇਸ਼ ਦੇ ਵਿੱਚ ਜਾਂਦੇ ਪਏ ਆ, ਕੀ ਉਹ ਮੁੱਦਾ ਜਾਂ ਬੇਰੁਜ਼ਗਾਰੀ ਦਾ ਮੁੱਦਾ ਸੋਲਵ ਹੋ ਸਕਿਆ। ਇਸ ਕਰਕੇ ਜੇਕਰ ਇਸ ਵਾਰ ਫੀਸਦ, ਵੋਟ ਫੀਸਦ ਦੀ ਗੱਲ ਕੀਤੀ ਜਾਵੇ ਤਾਂ 46% ਦੀ ਥਾਂ 26% ਇਸ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਦੇ ਵਿੱਚ ਵੋਟਾਂ ਪੈਂਦੀਆਂ। ਭਾਵੇਂ ਕਿ ਭਗਵੰਤ ਸਿੰਘ ਮਾਨ ਇਸ ਗੱਲ ਦਾ ਜ਼ਿਕਰ ਕਰਦੇ ਆ ਕਿ ਅਸੀਂ 1 ਦੀ ਥਾਂ 3 ਸੀਟਾਂ 'ਤੇ ਪਹੁੰਚ ਗਏ ਹਾਂ। ਉਹਨਾਂ ਨੇ ਇੱਕ ਮੀਡੀਆ ਦੀ ਗੱਲਾਂ ਬਾਤਾਂ ਦੇ ਜਵਾਬ ਦੇ ਵਿੱਚ ਇਹ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਜੇਕਰ ਅਸੀਂ ਤੋਪ ਦਾ ਲਾਇਸੈਂਸ ਮੰਗਾਂਗੇ ਤਾਂ ਪਿਸਤੌਲ ਦਾ ਮਿਲੂਗਾ ਲਾਇਸੈਂਸ, ਜੇ ਪਿਸਤੌਲ ਦਾ ਹੀ ਮੰਗਾਂਗੇ ਤਾਂ ਮਹਿਜ਼ ਗੁਲੇਲ ਦਾ ਮਿਲ ਸਕਦਾ ਹੈ। 13-13 ਦਾ ਜਿਹੜਾ ਮਿਸ਼ਨ ਸੀਗਾ, 13-0 ਦਾ, ਇਸ ਕਰਕੇ 3 ਸੀਟਾਂ ਤੱਕ ਤਾਂ ਅਸੀਂ ਆ ਗਏ ਹਾਂ। ਪਰ ਜਿਸ ਤਰ੍ਹਾਂ ਬੀਜੇਪੀ ਦੇ ਵੱਲੋਂ ਵੋਟ ਬੈਂਕ ਤਕਰੀਬਨ 19% ਤੱਕ ਪਹੁੰਚ ਗਿਆ, 3rd number ਦੀ ਪਾਰਟੀ ਬਣ ਗਈ, ਇਸ ਤੋਂ ਬਾਅਦ ਬੀਜੇਪੀ ਦੀਆਂ ਨਜ਼ਰਾਂ ਇਸ ਵਾਰ ਭਾਵੇਂ ਬਾਈ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਜਾਂ ਫਿਰ ਨਗਰ ਨਿਗਮ ਪੰਚਾਇਤੀ ਦੀ ਇਲੈਕਸ਼ਨ ਦੀ ਗੱਲ ਕੀਤੀ ਜਾਵੇ, ਪੂਰੀਆਂ ਟਿੱਕੀਆਂ ਹੋਈਆਂ ਨੇ। ਇਸ ਸਭ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ 17 ਮੰਤਰੀ ਬਣਾਏ ਜਾ ਸਕਦੇ ਨੇ, ਕਿਉਂਕਿ ਮੀਥੇਰ ਦਾ ਖਾਲੀ ਹੋ ਗਿਆ। ਇਸ ਕਰਕੇ ਜਿਹੜੇ ਮੰਤਰੀ ਮੰਡਲ ਦੀ ਗੱਲ ਕਰਦੇ ਪਏ ਆ, ਹਰਪਾਲ ਚੀਮਾ, ਅਮਨ ਅਰੋੜਾ, ਬਲਜੀਤ ਕੌਰ, ਗੁਰਮੀਤ ਸਿੰਘ, ਮੀਥੇਰ, ਕੁਲਦੀਪ ਧਾਲੀਵਾਲ, ਡਾਕਟਰ ਬਲਵੀਰ, ਬ੍ਰਹਮ ਸ਼ੰਕਰ ਜਿੰਪਾ, ਲਾਲਚਕ ਟਾਰੂਚੰਦ, ਲਾਲਜੀਤ ਭੁੱਲਰ, ਹਰਜੋਤ ਬੈਂਸ, ਹਰਭਜਨ ਸਿੰਘ ETO, ਚੇਤਨ ਸਿੰਘ ਜੋੜਾ ਮਾਜਰਾ, ਅਨਮੋਲ ਗਗਨ ਮਾਨ, ਬਲਕਾਰ ਸਿੰਘ, ਗੁਰਮੀਤ ਸਿੰਘ ਖੁੱਡੀਆਂ, ਅਤੇ ਨਾਲ ਦੀ ਨਾਲ ਇਹ ਹੋ ਸਕਦਾ ਹੈ ਕਿ 2 ਨਵੇਂ ਮੰਤਰੀ ਬਣਾਏ ਜਾ ਸਕਦੇ ਨੇ, ਨਾਲ ਹੀ ਕੁਝ ਨੇਤਾਵਾਂ ਨੂੰ ਉਹਨਾਂ ਦੇ ਜਿਹੜੀਆਂ ਸ਼ਕਤੀਆਂ ਉਹ ਵਾਪਸ ਲਈਆਂ ਜਾ ਸਕਦੀਆਂ ਨੇ। ਇਸ ਸਭ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਹਸ਼ਰ ਆਖ ਲਈਏ ਦੇਖਣ ਨੂੰ ਮਿਲਦਾ ਪਿਆ ਹੈ, ਕੀ ਤੁਹਾਨੂੰ ਲੱਗਦਾ ਪਿਆ ਹੈ ਕਿ ਵਾਕਈ ਹੀ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਘਟਿਆ ਹੈ ਜਾਂ ਫਿਰ ਲੋਕ ਸਭਾ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਗਈ ਹੈ ਅਤੇ 1 ਦੀ ਥਾਂ ਹੁਣ 3 ਸੀਟਾਂ 'ਤੇ ਆ ਗਈ ਹੈ? ਲੋਕ ਕਿਸ ਚੀਜ਼ ਨੂੰ ਲੈ ਕੇ ਆਪਣੇ ਮਨ ਦੇ ਵਿੱਚ ਖਿਆਲ ਰੱਖਦੇ ਪਏ ਨੇ, ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।